ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਰਾਜਪਾਲ ਮਾਖਨੀ। ਤਾਂ ਬਹੁਤ ਸਾਰੇ ਦੋਸਤਾਂ ਦਾ ਇਹ ਹੁਕਮ ਆਇਆ ਕਿ ਵੀਡੀਓ ਥੋੜ੍ਹੀ ਛੋਟੀ ਬਣਾਇਆ ਕਰੋ। ਵੀਡੀਓ ਨੂੰ ਛੋਟਾ ਬਣਾਉਣਾ ਸ਼ਾਇਦ ਮੇਰੀ ਸ਼ਮਤਾ ਤੋਂ ਬਾਹਰ ਹੈ, ਪਰ ਉਹਦਾ ਮੈਂ ਇੱਕ ਹੱਲ ਸੋਚਿਆ ਕਿ ਮੰਗਲਵਾਰ ਨੂੰ ਤਾਂ ਪੂਰੀ ਵੀਡੀਓ ਹੀ ਆਊਗੀ, ਪਰ ਵੀਰਵਾਰ ਨੂੰ ਉਸੇ ਵੀਡੀਓ ਦਾ ਜਿਹੜਾ ਆਖਰੀ ਹਿੱਸਾ ਉਹਨੂੰ ਕੱਟ ਕੇ ਦੁਬਾਰਾ ਤੋਂ ਸਾਂਝਾ ਕਰਿਆ ਕਰੂੰਗਾ ਇੱਕ ਨਵੇਂ ਥੰਬਨੇਲ ਦੇ ਨਾਲ। ਉਹਦਾ ਲਾਭ ਇਹ ਹੋਊਗਾ ਕਿ ਜਿਹਨੇ ਅਗਲਾ ਅੱਧਾ ਹਿੱਸਾ ਦੇਖਿਆ ਹੋਇਆ ਉਹਦੇ ਵਾਸਤੇ ਇਹ ਅੱਧਾ ਹਿੱਸਾ ਜਿਹੜਾ ਹੈ ਉਹ ਉਪਲਬਧ ਹੋਊਗਾ, ਉਹ ਦੇਖ ਸਕਦਾ। ਅਤੇ ਜਿਹਨੇ ਪੂਰੀ ਵੀਡੀਓ ਦੇਖੀ ਹੈ ਮੰਗਲਵਾਰ ਵਾਲੀ, ਉਹ ਤਾਂ ਸਮਝ ਹੀ ਜਾਏਗਾ ਕਿ ਇਹ ਉਸੇ ਵੀਡੀਓ ਦਾ ਆਖਰੀ ਹਿੱਸਾ ਹੈ, ਤਾਂ ਉਹ ਚਾਹੇ ਤਾਂ ਦੇਖ ਸਕਦਾ, ਨਹੀਂ ਤਾਂ ਉਹਨੇ ਤਾਂ ਪਹਿਲਾਂ ਦੇਖੀ ਉਹ ਹੋਈ ਹੈ। ਅਤੇ ਜਿਹੜਾ ਸਿਰਫ ਇਹੀ ਹਿੱਸਾ ਦੇਖ ਰਿਹਾ ਹੈ ਉਹਦੇ ਵਾਸਤੇ ਮੈਂ ਵੀਡੀਓ ਦੇ ਐਂਡ ਦੇ ਵਿੱਚ, ਅੰਤ ਦੇ ਵਿੱਚ ਇੱਕ ਲਿੰਕ ਸ਼ੇਅਰ ਕਰ ਦੂੰਗਾ, ਪੂਰੀ ਵੀਡੀਓ ਜਿਹੜੀ ਮੰਗਲਵਾਰ ਨੂੰ ਪੂਰੀ ਵੀਡੀਓ ਆਈ ਹੈ ਉਹਦਾ, ਤਾਂ ਉਹ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਉਹ ਪੂਰੀ ਵੀਡੀਓ ਦੇਖ ਸਕਦੇ ਹੋ ਜੇ ਤੁਹਾਨੂੰ ਚੰਗੀ ਲੱਗੇ ਤਾਂ। ਤੋ ਆਓ ਹੁਣ ਆਪਾਂ ਦੇਖਦੇ ਹਾਂ ਇਸ ਮੰਗਲਵਾਰ ਵਾਲੀ ਵੀਡੀਓ ਦਾ ਆਖਰੀ ਹਿੱਸਾ। ਘਟਾ ਦਿੰਦਾ ਤਾਂ 5 ਪੁਆਇੰਟ ਉਹਦੇ ਨਾਲ ਵੀ ਕੰਟਰੋਲ ਆ ਜਾਊਗਾ, ਤਾਂ ਫੂਡ ਦੇ ਨਾਲ ਹੀ ਤੁਹਾਡਾ ਇੰਨਾ ਜ਼ਬਰਦਸਤ ਕੰਟਰੋਲ ਆ ਜਾਊਗਾ ਬਲੱਡ ਪ੍ਰੈਸ਼ਰ, ਜਿਹੜੀ ਇਸ ਧਰਤੀ 'ਤੇ ਬਣੀ ਕੋਈ ਦਵਾਈ ਨਹੀਂ ਕਰ ਸਕਦੀ। ਤੋ ਇਹ ਤਾਂ ਹੋ ਗਏ ਤੁਹਾਡੇ ਮੈਟਾਬੋਲਿਕ ਜਿਹੜੇ ਕਾਰਨ ਨੇ ਵੀ ਬਲੋਕੇਜਸ ਹੋ ਗਏ ਕਿਉਂ ਹੁੰਦੇ ਨੇ, ਉਹਦਾ ਆਪਾਂ ਮੋਟੀ ਮੋਟੀ ਗੱਲ ਕਰੀ। ਉਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਦਾ ਇੱਕ ਹੋਰ ਕਾਰਨ ਹੈ ਜਿਹਨੂੰ ਕਹਿੰਦੇ ਨੇ ਨਿਊਰੋਲੋਜੀਕਲ ਸਟ੍ਰੈਸ। ਨਿਊਰੋਲੋਜੀਕਲ ਸਟ੍ਰੈਸ ਮਤਲਬ ਜਿਹੜੀ ਕਿਸੇ ਬਲੋਕੇਜ ਦੇ ਨਾਲ ਨਹੀਂ ਜੁੜੀ ਹੋਈ, ਇਹ ਜਿਵੇਂ ਜੋ ਤੁਸੀਂ ਸੋਚਦੇ ਹੋ ਉਹਦੇ ਮੁਤਾਬਕ ਤੁਹਾਡਾ ਸਰੀਰ ਆਪਣੇ ਆਪ ਉਸ ਤਰ੍ਹਾਂ ਦਾ ਹੋ ਜਾਂਦਾ। ਆ ਸਟ੍ਰੈਸ ਵਾਲੀ ਵੀਡੀਓ ਦੇ ਵਿੱਚ ਮੈਂ ਇਹਦੇ ਬਾਰੇ ਗੱਲ ਕਰੀ ਸੀ। ਤਾਂ ਜੇ ਤੁਹਾਨੂੰ ਘਬਰਾਹਟ ਹੋ ਗਈ, ਤੁਹਾਨੂੰ ਡਰ ਲੱਗ ਗਿਆ, ਤਾਂ ਤੁਹਾਡਾ ਬਲੱਡ ਪ੍ਰੈਸ਼ਰ ਆਪੇ ਹੀ ਵਧਾ ਦੇਣਾ ਸਰੀਰ ਨੇ ਆਪਣੇ ਆਪ ਹੀ, ਠੀਕ ਹੈ। ਜਦੋਂ ਤੁਸੀਂ ਟੈਨਸ਼ਨ 'ਚ ਆ ਗਏ ਆਪਣੇ ਆਪ ਹੀ ਵਧਾ ਦਿੰਦਾ। ਕਿਉਂ ਵਧਾਉਂਦਾ ਇਹ ਵੀਡੀਓ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਐਕਸਪਲੇਨ ਕਰਿਆ ਹੋਇਆ, ਠੀਕ ਹੈ। ਤਾਂ ਇਹਨੂੰ ਕਹਿੰਦੇ ਨੇ ਸਿੰਪਥੈਟਿਕ ਸਿਸਟਮ, ਇਹ ਆਪਣੇ ਆਪ ਸਪਲਾਈ ਉਹਦੀ ਜਿਹੜੀ ਹੈ ਤੁਹਾਡੇ ਮਸਲਸ ਨੂੰ, ਮਾਂਸਪੇਸ਼ੀਆਂ ਨੂੰ ਵਧਾ ਦਿੰਦਾ, ਤੁਹਾਡੀ ਪਾਚਨ ਜਿਹੜੀ ਸ਼ਕਤੀ ਹੈ ਉਹਨੂੰ ਘਟਾ ਦਿੰਦਾ, ਉਸ ਵੇਲੇ ਉੱਧਰ ਲਹੂ ਦੀ ਸਪਲਾਈ ਘਟਾ ਦਿੰਦਾ, ਤਾਂ ਉਸ ਵੇਲੇ ਤੁਹਾਨੂੰ ਪ੍ਰੈਸ਼ਰ ਤੁਹਾਡਾ ਲਗਾਤਾਰ ਵਧੇ ਹੀ ਰਹੂਗਾ ਜਦ ਤੱਕ ਉਹ ਟੈਨਸ਼ਨ 'ਚੋਂ ਤੁਸੀਂ ਬਾਹਰ ਨਹੀਂ ਨਿਕਲਦੇ। ਤੋ ਇਹ ਜਦੋਂ ਤੁਸੀਂ ਉਸ ਟੈਨਸ਼ਨ ਦੇ ਵਿੱਚੋਂ ਬਾਹਰ ਆ ਗਏ ਫਿਰ ਉਹ ਪ੍ਰੈਸ਼ਰ ਘਟੂਗਾ। ਤੋ ਇਹਦਾ ਕੋਈ ਖਾਣ ਪੀਣ ਨਾਲ ਇਹਦਾ ਕੋਈ ਵਾਸਤਾ ਨਹੀਂ ਹੈ, ਇਹ ਤੁਹਾਡੀ ਸੋਚ ਨਾਲ ਵਾਸਤਾ ਹੈ। ਇਹਨੂੰ ਕਿਵੇਂ ਕੰਟਰੋਲ ਕਰਨਾ, ਆਪਣੇ ਥੋਟਸ ਨੂੰ ਕਿਵੇਂ ਕੰਟਰੋਲ ਕਰਨਾ, ਇਹਦੇ 'ਤੇ ਆਪਾਂ ਚਰਚਾ ਕਰਾਂਗੇ। ਲੇਕਿਨ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਇਹ ਦੱਸ ਸਕਦਾ ਕਿ ਤੁਸੀਂ ਜੇ ਇਹ ਸਮਝ ਲਓ ਕਿ ਜਿਹੜਾ ਇਹ ਸਿੰਪਥੈਟਿਕ ਸਿਸਟਮ ਹੈ ਜਿਹੜਾ ਵਧਾਉਂਦਾ ਇੱਕਦਮ, ਮਤਲਬ ਟੈਨਸ਼ਨ ਆਉਣ ਦੇ ਨਾਲ ਹੀ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਗਿਆ, ਤੁਹਾਨੂੰ ਪਸੀਨਾ ਆਉਣ ਲੱਗ ਗਿਆ, ਘਬਰਾਹਟ ਹੋਣ ਲੱਗ ਗਈ, ਇਹਦਾ ਖਾਣੇ ਨਾਲ ਤਾਂ ਕੋਈ ਵਾਸਤਾ ਨਹੀਂ ਹੈਗਾ, ਇਹ ਤਾਂ ਅੰਦਰੋਂ ਤੁਹਾਡਾ ਸਿਗਨਲ ਹੈ, ਠੀਕ ਹੈ। ਤੋ ਜੇ ਤੁਸੀਂ ਇਹਨੂੰ ਕੰਟਰੋਲ ਕਰਨਾ ਤਾਂ ਤੁਹਾਨੂੰ ਪੈਰਾਸਿੰਪਥੈਟਿਕ ਸਿਸਟਮ ਸ਼ਾਂਤ ਹੋਣਾ ਪਊਗਾ ਆਪਣੇ ਆਪ ਨੂੰ। ਤਾਂ ਸ਼ਾਂਤ ਹੋਣ ਦਾ ਸਭ ਤੋਂ ਸਰਲ ਔਰ ਸੌਖਾ ਤਰੀਕਾ ਜਿਹੜਾ ਹੈਗਾ ਉਹ ਇਹ ਹੈ ਕਿ ਇੱਕ ਬੈਰੋ ਰਿਸੈਪਟਰਸ ਹੁੰਦੇ ਨੇ ਜਿਹੜਾ ਇਹ ਮਤਲਬ ਸਿੰਪਥੈਟਿਕ ਸਿਸਟਮ ਤੋਂ ਪੈਰਾਸਿੰਪਥੈਟਿਕ ਨੂੰ ਸਵਿੱਚ ਕਰਦੇ, ਮਤਲਬ ਤੁਹਾਨੂੰ ਘਬਰਾਹਟ ਤੋਂ ਸ਼ਾਂਤੀ ਵਾਲੇ ਪਾਸੇ, ਇਹ ਦੇਖਦੇ ਨੇ ਵੀ ਤੁਹਾਡਾ ਸਰੀਰ ਇਸ ਵੇਲੇ ਘਬਰਾਹਟ ਦੇ ਵਿੱਚ ਹੈ ਕਿ ਸ਼ਾਂਤੀ ਦੇ ਵਿੱਚ ਹੈ। 3 ਸੈਕਿੰਡ ਲੱਗਦੇ ਨੇ ਉਹਨੂੰ ਸਿੰਪਥੈਟਿਕ ਤੋਂ ਪੈਰਾਸਿੰਪਥੈਟਿਕ, ਮਤਲਬ
ਘਬਰਾਹਟ ਤੋਂ ਸ਼ਾਂਤੀ ਦੇ ਵਿੱਚ ਕਨਵਰਟ ਹੋਣ ਵਾਸਤੇ 3 ਸੈਕਿੰਡ ਲੱਗਦੇ ਨੇ। ਤੋ ਸਭ ਤੋਂ ਪਹਿਲਾਂ ਉਹ ਕੀ ਨਾਪਦਾ, ਤੁਹਾਡੀ ਸਾਹ ਦੀ ਸਪੀਡ। ਆਮ ਨੋਰਮਲ ਬੰਦਾ ਅੱਜ ਦੀ ਡੇਟ ਦੇ ਵਿੱਚ ਜਿਹੋ ਜਿਹੀ ਭੱਜ ਦੌੜ ਸਾਡੇ ਚਾਰੇ ਪਾਸੇ ਹੈਗੀ ਹੈ, ਜਿਹੋ ਜਿਹੀਆਂ ਘਬਰਾਹਟਾਂ ਅਸੀਂ ਦਿਮਾਗ ਦੇ ਵਿੱਚ ਲਈ ਕਰਦੇ ਹਾਂ, ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ 2 ਸੈਕਿੰਡ ਦੇ ਵਿੱਚ ਅਸੀਂ ਸਾਹ ਅੰਦਰ ਲੈਂਦੇ ਤੇ 1 ਸੈਕਿੰਡ ਦੇ ਵਿੱਚ ਛੱਡ ਦਿੰਦੇ ਹਾਂ। ਨੋਰਮਲ ਜੇ ਆਮ ਕਿਸੇ ਵੀ ਬੰਦੇ ਦਾ ਤੁਸੀਂ ਦੇਖੋਗੇ ਤਾਂ ਉਹ ਇਸੇ ਰਿਦਮ ਦੇ ਉੱਤੇ ਉਹ ਚੱਲਦਾ, 2 ਸੈਕਿੰਡ ਅੰਦਰ ਖਿੱਚਦਾ, 1 ਸੈਕਿੰਡ ਦੇ ਬਾਹਰ। ਇਹ ਬਹੁਤ ਫਾਸਟ ਹੈ ਕਿਉਂਕਿ ਉਹਨੇ 3 ਸੈਕਿੰਡ ਦੇ ਵਿੱਚ ਹਿਸਾਬ ਲਾਉਣਾ ਵੀ ਤੁਸੀਂ ਇਸ ਵੇਲੇ ਘਬਰਾਹਟ ਚੋਂ 2 ਸੈਕਿੰਡ ਤੁਸੀਂ ਅੰਦਰ ਖਿੱਚਿਆ, 3ਜੇ ਸੈਕਿੰਡ ਬਾਹਰ ਕੱਢਤਾ, 4ਵੇਂ 5ਵੇਂ ਸੈਕਿੰਡ ਫਿਰ ਤੁਸੀਂ ਅੰਦਰ ਖਿੱਚ ਰਹੇ ਹੋ, ਤਾਂ ਲਗਾਤਾਰ ਉਹਨੂੰ ਲੱਗੋ ਬਹੁਤ ਤੇਜ਼ੀ ਨਾਲ ਸਾਹ ਲੈ ਰਹੇ ਹੋ ਤੁਸੀਂ, ਤਾਂ ਹਰ ਵੇਲੇ ਪ੍ਰੈਸ਼ਰ ਨੂੰ ਤੁਹਾਨੂੰ ਵਧਾ ਕੇ ਰੱਖੂਗਾ। ਤੋ ਇਹਨੂੰ ਕੰਟਰੋਲ ਕਰਨ ਦਾ ਕੀ ਤਰੀਕਾ, ਜਿਵੇਂ ਅਸੀਂ ਖਾਣਾ ਸਿੱਖਦੇ ਹਾਂ, ਤੁਰਨਾ ਸਿੱਖਦੇ ਹਾਂ, ਸਾਨੂੰ ਸਾਹ ਲੈਣਾ ਵੀ ਨਹੀਂ ਆਉਂਦਾ, ਉਹ ਵੀ ਸਾਨੂੰ ਸਿੱਖਣਾ ਪਊਗਾ। ਤੋ 4 ਸੈਕਿੰਡ ਤੁਸੀਂ ਸਾਹ ਲਓ ਅੰਦਰ, 1, 2, 3, 4, ਰੋਕਣ ਦੀ ਜ਼ਰੂਰਤ ਨਹੀਂ ਹੈ, ਇਹਨੂੰ ਉਸ ਤਰ੍ਹਾਂ ਹੀ ਚੱਲਣ ਦਿਓ। ਉਸ ਤੋਂ ਬਾਅਦ 5 ਸੈਕਿੰਡ ਇਹਨੂੰ ਬਾਹਰ ਕੱਢੋ, 1, 2, 3, 4, 5, ਫਿਰ 4 ਸੈਕਿੰਡ ਅੰਦਰ, 5 ਸੈਕਿੰਡ ਬਾਹਰ। ਤੁਸੀਂ ਇਹਨੂੰ ਕਰਕੇ ਦੇਖੋ, ਇਮੀਡੀਏਟਲੀ ਤੁਹਾਡੇ ਬਲੱਡ ਪ੍ਰੈਸ਼ਰ ਦੇ ਵਿੱਚ ਫਰਕ ਪਊਗਾ। ਪਰ ਇਹ ਰਿਦਮ ਤੁਹਾਡੀ ਜਿਹੜੀ ਇਹ ਜਿਹੜੀ ਤਾਲ ਹੈ, ਇਹ ਤੁਹਾਡੀ ਸੁਭਾਅ ਬਣ ਜਾਣਾ ਚਾਹੀਦਾ। ਤੁਸੀਂ ਕਹੋਗੇ ਵੀ ਇਹ ਕਿਵੇਂ ਬਣੂਗਾ ਸੁਭਾਅ, ਜਦੋਂ ਤੁਸੀਂ ਲਗਾਤਾਰ ਕਰੋਗੇ ਨਾ ਉਦੋਂ ਸੁਤੇ ਸਿੱਧ ਹੋਣ ਲੱਗ ਜੂਗਾ ਇਹ। ਜਿਵੇਂ ਜੇ ਤੁਸੀਂ ਘਾਹ ਦੇ ਉੱਤੇ ਤੁਰਦੇ ਹੋ, ਇੱਕ ਵਾਰੀ ਤੁਰਦੇ ਹੋ ਤਾਂ ਘਾਹ ਦੇ ਰਿੰਡੇ ਦੁਬਾਰੇ ਖੜੇ ਹੋ ਜਾਂਦੇ ਨੇ, ਲੇਕਿਨ ਜੇ ਤੁਸੀਂ ਵਾਰੀ ਵਾਰੀ ਚਲੀ ਜਾਓ ਨਾ ਤਾਂ ਉੱਥੇ ਲੀਹ ਬਣ ਜਾਂਦੀ ਹੈ, ਪਗਡੰਡੀ ਬਣ ਜਾਂਦੀ ਹੈ। ਜੇ ਤੁਸੀਂ ਪਿਆਨੋ ਵਜਾਉਣੀ ਹੈ, ਹਾਰਮੋਨੀਅਮ ਵਜਾਉਣਾ ਸਿੱਖਦੇ ਹੋ, ਇੱਕ ਵਾਰੀ 'ਚ ਥੋੜ੍ਹਾ ਵੱਜਦਾ, ਪਰ ਜਦੋਂ ਤੁਸੀਂ ਉਹਨੂੰ ਵਜਾਉਣਾ ਸਿੱਖ ਲਿਆ ਫਿਰ ਤੁਸੀਂ ਉਹਨੂੰ ਵਜਾਉਂਦੇ ਵਜਾਉਂਦੇ ਸੁੱਤੇ ਸਿੱਧ ਆਪਣੇ ਆਪ ਬੱਜੀ ਜਾਊਗਾ, ਤੁਸੀਂ ਗੱਲਾਂ ਵੀ ਕਰ ਲਓਗੇ ਨਾਲ, ਕਾਰ ਚਲਾਉਣੀ ਜਿਵੇਂ ਸਿੱਖਦੇ ਹੋ ਤਾਂ ਆਪਣੇ ਆਪ ਹੀ ਸੁੱਤੇ ਸਿੱਧ ਹੋ ਜਾਂਦਾ। ਤਾਂ ਇਹਦੀ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਹੈ। ਔਰ ਇੱਕ ਗੱਲ ਦੱਸ ਦੇਵਾਂ, ਇਹ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਤਾਂ ਕਰ ਹੀ ਦਊਗਾ, ਲੇਕਿਨ ਇਹਦੇ ਨਾਲ ਬੋਨਸ ਜਿਹੜਾ ਤੁਹਾਨੂੰ ਮਿਲੂਗਾ ਨਾ, ਜਿਹੜਾ ਫ੍ਰੀ 'ਚ ਸਮਾਨ ਮਿਲੂ, ਤੁਸੀਂ ਸੋਚ ਵੀ ਨਹੀਂ ਸਕਦੇ, ਤੁਹਾਡੇ ਕੋਲੈਸਟਰੋਲ ਲੈਵਲਸ ਵੀ ਇਹਦੇ ਨਾਲ ਸਹੀ ਹੋਣਗੇ। ਸਾਰੀਆਂ ਬਿਮਾਰੀਆਂ ਦੇ ਉੱਤੇ ਬਹੁਤ ਵੱਡਾ ਰੋਲ ਹੈ, ਜਦਕਿ ਕਹਿਣ ਦੇ ਵਿੱਚ ਬਹੁਤ ਸਿੰਪਲ ਹੈ। ਤਾਂ ਰੈਗੂਲਰ ਸਾਨੂੰ ਪ੍ਰੈਕਟਿਸ ਕਰਨੀ ਚਾਹੀਦੀ ਹੈ। ਇੱਕ ਤਾਂ ਜਦੋਂ ਧਿਆਨ ਤੁਹਾਡਾ ਸਾਹ ਵਾਲੇ ਪਾਸੇ ਹੋਊਗਾ ਤਾਂ ਹੋਰ ਕਿਸੇ ਪਾਸੇ ਧਿਆਨ ਨਹੀਂ ਜਾਊਗਾ, ਮਨ ਦਾ ਕੰਮ ਹੀ ਇਹੀ ਹੈ। ਇਹਨੇ ਨਾ ਚੁੱਪ ਹੈ, ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਿਵ ਤਾਰ, ਇਹਨੇ ਕੁਛ ਨਾ ਕੁਛ ਸ਼ੋਰ ਮਚਾਈ ਰੱਖਣਾ। ਤਾਂ ਜਦੋਂ ਸਾਰਾ ਧਿਆਨ ਤੁਹਾਡਾ ਸਾਹ ਵਾਲੇ ਪਾਸੇ ਹੈ ਤਾਂ ਉਦੋਂ ਉਹ ਸ਼ੋਰ ਵੀ ਘਟੂਗਾ, ਔਰ ਜਦੋਂ ਤੁਹਾਡੀ ਇਹ ਰਿਦਮ ਸਹੀ ਹੋਗੀ ਤਾਂ ਤੁਹਾਡਾ ਜਿਹੜਾ ਪੈਰਾਸਿੰਪੈਥੈਟਿਕ ਸਿਸਟਮ ਹੈ, ਤੁਹਾਨੂੰ ਸ਼ਾਂਤ ਰੱਖਣ ਵਾਲਾ ਸਿਸਟਮ ਹੈ, ਉਹ ਕਿਕ ਇਨ ਹੋਊਗਾ। ਤੋ ਮੈਨੂੰ ਨਾ ਬਹੁਤ ਸਾਰੇ ਲੋਕ ਫੋਨ ਕਰਦੇ ਨੇ, ਉਹ ਇਹ ਕਹਿੰਦੇ ਨੇ ਕਿ ਵੀ ਤੁਹਾਨੂੰ ਮਿਲਣਾ, ਤੁਹਾਡੇ ਕੋਲ ਆਉਣਾ, ਤੁਸੀਂ ਜਮ ਜਮ ਆਓ, ਜੀ ਸਦ ਕੇ ਆਓ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਮੈਂ ਕੋਈ ਡਾਕਟਰ ਨਹੀਂ ਹੈਗਾ, ਮੈਂ ਤਾਂ ਆਪ ਆਪਣੇ ਸਰੀਰ ਨੂੰ ਖਰਾਬ ਕਰ ਲਿਆ ਸੀ, ਬਿਪਤਾ ਕੁੱਟੀ ਬਹੁਤ ਜ਼ਿਆਦਾ। ਪਰ ਅੱਜ ਦੀ ਡੇਟ ਦੇ ਵਿੱਚ ਇਨਫੋਰਮੇਸ਼ਨ ਇੰਨੀ ਅਵੇਲੇਬਲ ਹੈ ਕਿ ਤੁਸੀਂ ਜੋ ਮਰਜ਼ੀ ਕੋਈ ਸਿੱਖ ਲਓ, ਕੋਈ ਪ੍ਰੋਬਲਮ ਨਹੀਂ ਹੈ, ਪਰ ਥੋੜ੍ਹਾ ਉਹਨੂੰ ਰਿਸਰਚ ਕਰਨਾ ਪੈਂਦਾ ਹੈ। ਔਰ ਕਿਸੇ ਵੀ ਕਹੀ ਗੱਲ ਨੂੰ ਐਜ਼ ਇਟ ਇਜ਼ ਮੰਨ ਲਾਂਗੇ ਤਾਂ ਉਹ ਸੱਚ ਨਹੀਂ ਹੈ, ਸੱਚ ਤੁਹਾਨੂੰ ਆਪਣਾ ਬਣਾਉਣ ਵਾਸਤੇ ਉਹਦੇ 'ਤੇ ਮਿਹਨਤ ਕਰਨੀ ਪੈਂਦੀ ਹੈ, ਤੁਹਾਨੂੰ ਸਿੱਖਣਾ ਪਊਗਾ। ਤਾਂ ਜੇ ਤੁਸੀਂ ਰੋਗ ਮੁਕਤ ਰਹਿਣਾ ਚਾਹੁੰਦੇ ਹੋ ਜਾਂ ਕਿਸੇ ਵੀ ਰੋਗ ਦੇ ਵਿੱਚ ਫਸੇ ਹੋ ਅਤੇ ਤੋਂ ਬਾਹਰ ਆਉਣਾ ਚਾਹ ਰਹੇ ਹੋ ਤਾਂ ਤੁਹਾਨੂੰ ਕੋਈ ਨਹੀਂ ਲਿਆ ਸਕਦਾ। ਤੁਸੀਂ ਘਰ ਰਹਿ ਕੇ ਆਪਣੀਆਂ ਆਦਤਾਂ ਨੂੰ ਬਦਲ ਕੇ ਹੀ ਰੋਗ ਮੁਕਤ ਹੋ ਸਕਦੇ ਹੋ ਜਾਂ ਰੋਗਾਂ ਤੋਂ ਦੂਰ ਰਹਿ ਸਕਦੇ ਹੋ। ਇਹਦੇ ਵਾਸਤੇ ਤੁਹਾਨੂੰ ਸਿੱਖਣਾ ਪਊਗਾ, ਕਿਸੇ ਦੇ ਕਹੇ ਤੇ ਹਾਂ ਨਾਲ ਕੁਛ ਨਹੀਂ ਹੋਣਾ। ਕਾਰ ਚਲਾਉਣੀ ਸਿੱਖਣੀ ਪਊਗੀ, ਕਾਰ ਕਿਵੇਂ ਬਣੀ ਉਹ ਸਿੱਖਣ ਦੀ ਜ਼ਰੂਰਤ ਨਹੀਂ ਹੈ, ਚਲਾਉਣੀ ਤਾਂ ਸਿੱਖਣੀ ਪਊਗੀ। ਔਰ ਮੈਨੂੰ ਬਹੁਤ ਸਾਰੇ ਲੋਕ ਮਤਲਬ ਇਹ ਕਹਿੰਦੇ ਨੇ ਕਿ ਯਾਰ ਸ਼ਾਇਦ ਇਹ ਗੱਲ ਸਮਝ ਨਾ ਆਵੇ ਤੇਰੇ ਵਾਲੀ, ਤੂੰ ਜ਼ਿਆਦਾ ਇਹਨੂੰ
ਔਖਾ ਕਰ ਰਹੇ ਜ਼ਿਆਦਾ, ਮੈਨੂੰ ਨਹੀਂ ਲੱਗਦਾ। ਮੈਂ ਤਾਂ ਸਿੰਪਲ ਅੱਖਰਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ, ਔਰ ਮੈਨੂੰ ਇਸ ਚੀਜ਼ ਦੀ ਗਾਰੰਟੀ ਹੈ ਕਿ ਜਿਹੜੇ ਲੋਕ ਤੁਸੀਂ ਸੁਣ ਰਹੇ ਹੋ ਤੁਸੀਂ ਬਹੁਤ ਇੰਟੈਲੀਜੈਂਟ ਹੋ। ਬਈ ਬਿਨਾਂ ਪੜ੍ਹੇ ਲਿਖੇ ਲੋਕ ਮੋਬਾਈਲ ਚਲਾ ਲੈਂਦੇ ਯਾਰ, ਟਿਕਟੋਕ ਚਲਾ ਲੈਂਦੇ, ਸਾਰਾ ਕੁਛ ਚਲਾ ਲੈਂਦੇ। ਇਹ ਤਾਂ ਕੋਈ ਗੱਲ ਲੰਬੀ ਚੌੜੀ ਕਹਾਣੀ ਨਹੀਂ ਹੈ। ਇਹ ਜੇ ਤੁਹਾਨੂੰ ਨਹੀਂ ਸਮਝ ਆ ਰਹੀ ਤਾਂ ਗਰੰਟਿਡ ਹੈ ਕਿ ਤੁਸੀਂ ਆਪਣਾ ਸਰੀਰ ਖਰਾਬ ਕਰ ਲਓਗੇ, ਜਾਂ ਤਾਂ ਕਰ ਲਿਆ ਹੋਊਗਾ, ਨਹੀਂ ਤਾਂ ਆਉਣ ਵਾਲੇ ਟਾਈਮ 'ਚ ਗਰੰਟਿਡ ਕਰ ਲਓਗੇ। ਔਰ ਤੁਹਾਨੂੰ ਜਿਹੜਾ ਕੋਈ ਕਹਿ ਦਿੰਦਾ ਇੱਕ ਕੱਪ ਪੀ ਲਓ ਨਾਤਣੀਆਂ ਸਾਫ਼ ਹੋ ਜਾਣਗੀਆਂ, ਇੱਕ ਪੀ ਲਓ ਇਹ ਹੋ ਜਾਊਗਾ, ਉਹਦੇ ਨਾਲ ਕੁਛ ਹੋਣ ਵਾਲਾ ਨਹੀਂ ਹੈ। ਉਹ ਦੁਕਾਨਦਾਰੀ ਉਹ ਚਲਾ ਰਹੇ ਹੈ ਸਾਰੇ, ਔਰ ਮੈਂ ਲੋਕਾਂ ਦੀ ਮਿਜ਼ਰੀਜ ਤੋਂ, ਲੋਕਾਂ ਦੀ ਤਕਲੀਫ਼ ਤੋਂ ਪੈਸਾ ਨਹੀਂ ਕਮਾਉਣਾ ਚਾਹੁੰਦਾ, ਮੈਂ ਨਹੀਂ ਕਮਾਉਣਾ ਚਾਹੁੰਦਾ। ਔਰ ਮੈਂ ਕਿਉਂਕਿ ਇਹ ਭੋਗਿਆ, ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਔਰ ਜਦੋਂ ਉਹਨੂੰ ਕੁਛ ਨਜ਼ਰ ਨਹੀਂ ਆਉਂਦਾ ਤਾਂ ਉਹ ਉਦੋਂ ਉਹ ਕੀ ਮਹਿਸੂਸ ਕਰ ਰਿਹਾ ਹੁੰਦਾ, ਇਹ ਮੈਂ ਆਪਣੇ ਪਿੰਡੇ 'ਤੇ ਹੁੰਦਾ ਆ। ਖਿਣਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਇੱਕ ਸਕਿੰਟ ਦੇ ਵਿੱਚ ਸਾਰਾ ਕੁਛ ਜਿਹੜਾ ਕੋਈ ਤੁਹਾਡੇ ਕੋਲ ਮਿੱਟੀ ਹੋ ਜਾਂਦਾ। ਕਿੱਡੇ ਵੀ ਤੁਸੀਂ ਸ਼ਾਹੂਕਾਰ ਹੋ, ਤੁਸੀਂ ਸਭ ਤੋਂ ਗਰੀਬ ਹੋ ਜਾਂਦੇ ਹੋ ਉਸ ਵੇਲੇ। ਤਾਂ ਮੇਰੀ ਕੋਸ਼ਿਸ਼ ਇਹ ਹੈ ਕਿ ਵੀ ਮੈਂ ਜਿੰਨਾ ਕੁ ਸਮਝਿਆ ਸਰੀਰ ਬਾਰੇ ਓਨਾ ਕੁ ਤੁਹਾਨੂੰ ਦੱਸਾਂ, ਅੱਗੇ ਤੁਸੀਂ ਇਹਦੇ 'ਤੇ ਹੋਰ ਰਿਸਰਚ ਕਰੋ। ਜਿਹੜੀਆਂ ਮੋਟੀਆਂ ਮੋਟੀਆਂ ਚੀਜ਼ਾਂ ਜੋ ਓਨੀਆਂ ਹੀ ਕਰ ਲਈਏ ਤਾਂ ਰੋਗਾਂ 'ਚੋਂ ਬਾਹਰ ਤੁਸੀਂ ਆ ਜਾਓਗੇ, ਇਹਦੀ ਗਾਰੰਟੀ ਮੈਂ ਲੈਣਾ ਤੁਹਾਡੀ। ਅਤੇ ਜੇ ਤੁਹਾਨੂੰ ਇਹ ਮਹਿਸੂਸ ਕਰਨਾ ਹੋਵੇ ਵੀ ਤਕਲੀਫ ਕੀ ਹੁੰਦੀ ਹੈ ਜਦੋਂ ਬੰਦਾ ਪਰੇਸ਼ਾਨ ਹੁੰਦਾ, ਤਾਂ ਜਦੋਂ ਮੈਨੂੰ ਐਂ ਲੱਗਣ ਲੱਗ ਜਾਂਦਾ ਨਾ ਵੀ ਮੇਰੇ ਕੋਲ ਬਹੁਤ ਕੁਛ ਆ ਗਿਆ ਦੁਨੀਆ ਦਾ, ਵੀ ਮੈਂ ਮਤਲਬ ਫੁਕਰਾਪੰਥੀ 'ਚ ਆ ਗਏ ਤੁਸੀਂ, ਹੈ ਨਾ, ਤਾਂ ਜਦੋਂ ਮੈਨੂੰ ਜਾਂ ਜਦੋਂ ਮੈਨੂੰ ਇਹ ਲੱਗਣਾ ਸ਼ੁਰੂ ਹੋ ਜਾਵੇ ਵੀ ਮੇਰੇ ਕੋਲ ਕੁਛ ਨਹੀਂ ਰਿਹਾ, ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਇੱਕੋ ਹੀ ਕੰਮ ਕਰਦਾ, ਮੈਂ ਇੱਕ ਜਨਰਲ ਹਸਪਤਾਲ ਦੇ ਪ੍ਰਾਈਵੇਟ ਜਿਹੜਾ ਵਾਰਡ ਹੁੰਦਾ ਉਹ 'ਚ ਗੇੜਾ ਦੇ ਦਿੰਦਾ, ਬਸ ਤੁਹਾਡਾ ਦਿਮਾਗ ਟਿਕਾਣੇ ਆ ਜਾਂਦਾ। ਤਾਂ ਬਿਮਾਰੀ ਸਭ ਤੋਂ ਜ਼ਿਆਦਾ ਨਾਮੁਰਾਦ ਚੀਜ਼ ਹੈ, ਇਹਦੇ ਤੋਂ ਬਚੀਏ ਆਪਾਂ। ਜਿਹੜੇ ਯੰਗਸਟਰਸ ਤੁਸੀਂ ਮੇਰੇ ਚੈਨਲ ਨਾਲ ਜੁੜੇ ਹੋ, ਬੇਟਾ ਤੁਸੀਂ ਤਾਂ ਇਹਦੇ ਤੁਹਾਡੇ ਵਾਸਤੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਤੁਹਾਡੇ ਕੋਲ ਚਾਂਸ ਹੈ ਕਿ ਤੁਸੀਂ ਆਪਣੀ ਬੋਡੀ ਨੂੰ ਖਰਾਬ ਹੀ ਨਾ ਹੋਣ ਦਿਓ। ਜਦਕਿ ਪਿਛਲੇ 20-25 ਸਾਲ ਤੋਂ ਤੁਸੀਂ ਆਪਣੀ ਬੋਡੀ ਨੂੰ ਜਾਣੇ ਅਣਜਾਣੇ ਦੇ ਵਿੱਚ ਖਰਾਬ ਕਰ ਰਹੇ ਹੋ, ਹਾਲੇ ਉਹ ਚੱਲ ਰਹੀ ਹੈ, ਆਉਣ ਵਾਲੇ ਸਮੇਂ 'ਚ ਨਹੀਂ ਚੱਲਣਾ। ਜਿਹੜੇ ਫਸੇ ਹੋਏ ਨੇ ਉਹ ਵੀ ਚੱਕਰਾਂ 'ਚੋਂ ਨਿਕਲ ਕੇ ਸਮਝਣ ਦੀ ਕੋਸ਼ਿਸ਼ ਕਰਨ ਕਿ ਸਰੀਰ ਕਿਵੇਂ ਕੰਮ ਕਰਦਾ, ਤਾਂ ਹੀ ਉਹ ਆਪਣੀ ਬਿਮਾਰੀ 'ਚੋਂ ਬਾਹਰ ਆ ਸਕਦੇ ਨੇ। ਆਪਣੇ ਘਰੇ ਰਹਿ ਕੇ ਹੀ ਤੁਸੀਂ ਬਾਹਰ ਆ ਸਕਦੇ ਹੋ। ਮੇਰੇ ਨਾਲ ਇੱਕ ਫੋਨ ਦੇ ਉੱਤੇ ਨਾ ਤਾਂ ਮੈਂ ਤੁਹਾਨੂੰ ਕੁਝ ਦੱਸ ਸਕਦਾ, ਮੇਰੇ ਕੋਲ ਤੁਸੀਂ ਆਓਗੇ ਤਾਂ ਵੀ ਤੁਸੀਂ ਆਓ, ਲੇਕਿਨ ਇੱਕ 2 ਘੰਟੇ 1 ਘੰਟੇ ਦੇ ਵਿੱਚ ਕਿਵੇਂ ਕਿਸੇ ਕੋਈ ਗੱਲ ਨੂੰ ਹੋ ਸਕਦੀ ਹੈ। ਅੱਛਾ, ਐਡਾ ਬੜਾ ਸਰੀਰ ਹੈ, ਇਹਨੂੰ ਸਮਝਣ ਵਾਸਤੇ ਟਾਈਮ ਲੱਗੂਗਾ, ਪੇਸ਼ੈਂਸ ਲੱਗੂਗੀ। ਕਿਉਂ ਕਰ ਰਿਹਾ ਮੈਂ ਇਹ? ਇਹਦਾ ਕਾਰਨ ਸਿਰਫ ਇਹ ਹੈ ਕਿ ਹੁਣ ਜਿਵੇਂ ਜ਼ਹਿਰ ਹੈ, ਇੰਨਾ ਕੁ ਜ਼ਹਿਰ ਹੈ, ਤੁਸੀਂ ਪੀਓ ਤੁਹਾਨੂੰ ਮਾਰ ਦੂਗਾ ਉਹ, ਠੀਕ ਹੈ। ਤੋ ਇਹ ਜਿਹੜਾ ਝੂਠ ਸੱਚ ਦੀ ਤਰ੍ਹਾਂ ਸਥਾਪਿਤ ਹੋਇਆ ਹੋਇਆ, ਲੋਕ ਝੂਠ ਨਹੀਂ ਬੋਲੇ, ਸੱਚ ਦੀ ਤਰ੍ਹਾਂ ਸਥਾਪਿਤ ਹੋਇਆ ਹੋਇਆ, ਇਹ ਜ਼ਹਿਰ ਹੈ, ਜਦੇ ਮਾਰ ਦਿੰਦਾ। ਮੇਰੀ ਕੋਸ਼ਿਸ਼ ਇਹ ਹੈ ਕਿ ਵੀ ਇਹ ਜਿਹੜਾ ਜ਼ਹਿਰ ਹੈ ਇਹਨੂੰ ਜੇ ਤੁਸੀਂ ਇੱਕ ਬਾਲਟੀ 'ਚ ਰਲਾ ਦਿਓ ਇਹਦਾ ਅਸਰ ਘੱਟ ਜੂਗਾ, ਜੇ ਇਹਨੂੰ ਸਮੁੰਦਰ 'ਚ ਰਲਾ ਦਿਓ ਤਾਂ ਇਹਦਾ ਅਸਰ ਹੀ ਖਤਮ ਹੋ ਜੂਗਾ। ਤੋ ਮੈਂ ਇਹ ਚਾਹੁੰਦਾ ਕਿ ਵੀ ਇਹ ਜਿਹੜੀ ਨੌਲੇਜ ਹੈ, ਇਨਫੋਰਮੇਸ਼ਨ ਦੀ ਨੌਲੇਜ ਹੈ, ਜਿਹੜੀ ਤੁਹਾਡੀ ਸਮਝ ਹੈ ਆਪਣੇ ਸਰੀਰ ਵਾਂਗੂ, ਇਹ ਸਮੁੰਦਰ ਵਾਂਗੂ ਫੈਲ ਜਾਵੇ, ਫਿਰ ਇਹ ਜਿਹੜੀਆਂ ਧੋਖੇ ਧੜੀਆਂ ਹੋ ਰਹੀਆਂ ਨੇ ਜਾਣੇ ਅਣਜਾਣੇ ਦੇ ਵਿੱਚ, ਉਹਨਾਂ ਤੋਂ ਤਾਂ ਹੀ ਅਸੀਂ ਬਚ ਸਕਦੇ ਹਾਂ। ਹੋਰ ਇਹਦਾ ਕੋਈ ਹੱਲ ਮੈਨੂੰ ਨਜ਼ਰ ਨਹੀਂ ਆਉਂਦਾ। ਤਾਂ ਹੁਣ ਤੁਸੀਂ ਇਹ ਵੀਡੀਓ ਦੇਖੀ, ਇਹ ਮੰਗਲਵਾਰ ਵਾਲੀ ਪੂਰੀ ਵੀਡੀਓ ਦਾ ਆਖਰੀ ਹਿੱਸਾ ਸੀ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਔਰ ਤੁਸੀਂ ਪੂਰੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਮੰਗਲਵਾਰ ਵਾਲੀ ਪੂਰੀ ਵੀਡੀਓ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ, ਫਿਰ ਮਿਲਾਂਗੇ। ਸਭ ਦਾ ਮੰਗਲ ਹੋਵੇ।